हाँ जी, आज दी सक्सेस स्टोरी है जी मनिंदर सिंह, ओवरऑल 60 to 85 स्पीकिंग विद इन 25 डेज। बच्चे ने पहला भी किसी और इंस्टीट्यूट को एग्जाम दिता सी, ओवरऑल 56 सी गेम, स्पीकिंग 60 प्लस सी, है ना। तो हुण इन्हां दी स्पीकिंग 85 हो गई है, ओवरऑल 60 प्लस हो गया। एंड मनिंदर, किदां दा एक्सपीरियंस रहा तुहाडा वीजा बेस दे नाल? मैं वीज़ा बेस के नाल मेरा एक्सपीरियंस बहुत वधिया रहा है। जो दा मैं इत्थे, मैनूं ईच गाइडेंस दित्ती गई टीचर वल्लों, हर एक चीज़ समझाई गई। ਮੈਨੂੰ ਪਤਾ ਸੀ ਮੈਂ ਐਗਜ਼ਾਮ ਵਧੀਆ ਤਰੀਕੇ ਨਾਲ ਕਲੀਅਰ ਕਰ ਸਕਦਾ, ਬਟ ਪਹਿਲਾਂ ਵਾਲੇ ਇੰਸਟੀਟਿਊਟ 'ਚ ਇੰਨੀ ਮੈਨੂੰ ਨਹੀਂ ਗਾਈਡੈਂਸ ਸਹੀ ਮਿਲੀ। ਜਦੋਂ ਮੈਨੂੰ ਸਹੀ ਗਾਈਡੈਂਸ ਮਿਲੀ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ। ਤੇ ਫਸਟ ਐਗਜ਼ਾਮ ਜਦੋਂ ਤੁਸੀਂ ਪਹਿਲਾਂ ਦਿੱਤਾ ਸੀ, ਉਹਦੇ 'ਚ ਕੀ ਪ੍ਰੋਬਲਮ ਹੋਈ ਸੀਗੀ? ਤੁਹਾਨੂੰ ਡਿਫਰੈਂਸ ਤਾਂ ਕਲੀਅਰ ਹੋ ਹੀ ਗਿਆ ਹੋਣਾ, ਹੈ ਨਾ, ਕਿ ਜਦੋਂ ਤੁਸੀਂ ਪਹਿਲਾਂ ਐਗਜ਼ਾਮ ਦਿੱਤਾ ਸੀ ਤੇ ਹੁਣ ਦਿੱਤਾ, ਕੀ ਡਿਫਰੈਂਸ ਰਿਹਾ ਸੀਗਾ ਕਿ ਜਿਹਦੇ ਕਰਕੇ ਤੁਹਾਡੇ ਸਕੋਰ ਘੱਟ ਗਏ ਸੀ? ਮੈਂ ਪਹਿਲੀ ਗੱਲ, ਜਦੋਂ ਆਪਾਂ ਐਗਜ਼ਾਮ ਦੇਣ ਜਾਂਦੇ ਹਾਂ ਨਾ, ਇੰਸਟੀਟਿਊਟ ਆਪਾਂ ਨੂੰ ਪ੍ਰਿਪੇਅਰ ਕਰਕੇ ਭੇਜਦਾ ਇੱਦਾਂ ਇੱਦਾਂ ਚੀਜ਼ਾਂ ਆਉਂਦੀਆਂ। ਪਹਿਲਾਂ ਮੈਨੂੰ ਇੰਨਾ ਕੁਛ ਨਹੀਂ ਦੱਸਿਆ, ਬਸ ਸਿੱਧਾ ਐਗਜ਼ਾਮ ਸੀ ਜਾ ਕੇ ਦਿੱਤਾ। ਮੈਨੂੰ ਇੰਸਟੀਟਿਊਟ ਵੱਲੋਂ ਕੋਈ ਗਾਈਡਲਾਈਨ ਨਹੀਂ ਦਿੱਤੀ ਵੀ ਇੱਦਾਂ ਇੱਦਾਂ ਚੀਜ਼ਾਂ ਹੁੰਦੀਆਂ ਨੇ, ਮਾਰਕਰ ਹੁੰਦਾ, ਸ਼ੀਟਸ ਹੁੰਦੀਆਂ, ਚੀਜ਼ਾਂ ਕੋਈ ਦੱਸੀਆਂ ਨਹੀਂ ਗਈਆਂ ਸੀ। ਤਾਂ ਫਾਈਨਲ ਐਗਜ਼ਾਮ ਦੇ ਵਿੱਚ ਤੁਹਾਡਾ ਐਗਜ਼ਾਮ ਕਿੱਦਾਂ ਦਾ ਸੀਗਾ? ਈਜ਼ੀ ਸੀਗਾ? ਜਿਹੜਾ ਮੈਂ ਹੁਣ ਐਗਜ਼ਾਮ ਦਿੱਤਾ, ਸਪੀਕਿੰਗ ਈਜ਼ੀ ਕਹਿ ਸਕਦੇ ਹਾਂ ਆਪਾਂ, ਪਰ ਜਿਹੜੀ ਲਿਸਨਿੰਗ ਆਈ ਸੀ ਨਾ, ਉਹ ਕਾਫੀ ਡਿਫਿਕਲਟ ਆਈ ਸੀਗੀ। 1.5 ਦੀ ਸਪੀਡ ਤੇ ਡਿਕਟੇਸ਼ਨਸ ਆਈਆਂ ਸੀਗੀਆਂ ਲੌਂਗ, ਤੇ ਉਹਦੇ ਕੀ ਹੁੰਦਾ ਕਿ ਆਪਣਾ ਜਿਹੜਾ ਮਾਰਕਰ ਹੁੰਦਾ, ਆਪਾਂ ਕੈਪ ਬੰਦ ਕਰਨ ਦਾ ਟਾਈਮ ਨਹੀਂ ਮਿਲਦਾ, ਉਹ ਸੁੱਕ ਕੇ ਆਉਂਦਾ। ਫਿਰ ਉਹ ਥੋੜ੍ਹਾ ਜਿਹਾ ਸਟੂਡੈਂਟਸ ਦੇਖ ਕੇ ਚੱਲਣ ਆਪਣੀ ਟ੍ਰੇਨਿੰਗ, ਜਿਹੜੀ ਪ੍ਰਿਪਰੇਸ਼ਨ ਆ ਉਹ ਵੀ 1.5 ਦੀ ਸਪੀਡ ਤੇ ਜ਼ਰੂਰ ਕਰਿਆ ਕਰਨ। ਹਾਂਜੀ, ਛੋਟੀ ਛੋਟੀ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ, ਜਿੱਦਾਂ ਤੁਹਾਡੀ ਜਿਹੜੀ ਪ੍ਰੈਕਟਿਸ ਹੁੰਦੀ ਆ ਉਹ ਕਿਹੜੀ ਸਪੀਡ ਤੇ ਹੋਣੀ ਚਾਹੀਦੀ ਆ। ਲੌਂਗ ਡਿਕਟੇਸ਼ਨ, ਲੌਂਗ ਹਾਈਲਾਈਟਡ ਕਰੈਕਟ ਵਰਡਸ ਜ਼ਰੂਰ ਕਰੋ, ਐਂਡ ਆਪਣੇ ਮਾਰਕਰ ਦਾ ਪੂਰਾ ਧਿਆਨ ਰੱਖੋ ਉੱਥੇ ਕਿ ਉਹਦੀ ਇੰਕ ਨਾ ਸੁੱਕ ਜਾਵੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਦੇ ਕੇ ਤੁਸੀਂ ਆਪਣੇ ਡਿਜ਼ਾਇਰ ਸਕੋਰ ਅਚੀਵ ਕਰ ਸਕਦੇ ਹੋ। ਥੈਂਕ ਯੂ।